ਇਸ ਵਕਤ ਮੇਰੇ ਨਾਲ ਨੇ ਅੰਸ਼ੁਲ ਛੱਤਰਪਤੀ ਜੀ, ਜੋ ਕਿ ਰਾਮਚੰਦਰ ਛੱਤਰਪਤੀ ਪੱਤਰਕਾਰ, ਜਿਨ੍ਹਾਂ ਦਾ ਕਤਲ ਅੱਜ ਤੋਂ ਤਕਰੀਬਨ 1.5 ਦਹਾਕੇ ਪਹਿਲਾਂ ਕੀਤਾ ਗਿਆ ਸੀ। ਇਸ ਮਾਮਲੇ ਦੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਅੰਸ਼ੁਲ ਛੱਤਰਪਤੀ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ, ਚੀਫ ਇਲੈਕਟੋਰਲ ਆਫਿਸਰ ਹਰਿਆਣਾ ਨੂੰ, ਕਿ ਗੁਰਮੀਤ ਰਾਮ ਰਹੀਮ ਡੇਰਾ ਸੱਚਾ ਸੌਦਾ ਮੁਖੀ ਵੱਲੋਂ ਇੱਕ ਐਮਰਜੈਂਸੀ ਪੈਰੋਲ ਦੀ ਮੰਗ ਕੀਤੀ ਗਈ ਹੈ, ਜਿਸਦਾ ਵਿਰੋਧ ਅੰਸ਼ੁਲ ਛੱਤਰਪਤੀ ਕਰਦੇ ਨੇ। ਅੰਸ਼ੁਲ ਜੀ, ਸਭ ਤੋਂ ਪਹਿਲਾਂ ਤਾਂ ਮੈਂ ਜਾਣਨਾ ਚਾਹਾਂਗਾ ਕਿ ਤੁਹਾਡੀ ਇਸ ਚਿੱਠੀ ਜਾਂ ਜਿਹੜਾ ਤੁਸੀਂ ਲੈਟਰ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਹੈ, ਇਸ ਦਾ ਮਕਸਦ ਕੀ ਹੈ? ਤੁਸੀਂ ਕੀ ਚਾਹੁੰਦੇ ਹੋ? ਹਰਿਆਣਾ ਦੇ ਇਲੈਕਸ਼ਨ ਚੱਲ ਰਹੇ ਨੇ ਤੇ ਗੁਰਮੀਤ ਰਾਮ ਰਹੀਮ ਇੱਕ ਪੈਰੋਲ ਲੈਣ ਦੀ ਕੋਸ਼ਿਸ਼ ਕਰ ਰਿਹਾ। ਦੇਖੋ, ਪਹਿਲੀ ਗੱਲ ਤਾਂ ਮੈਂ ਇਹ ਕਹਾਂਗਾ ਕਿ ਸਾਡਾ ਮੋਟਿਵ ਸਿਰਫ ਇਹ ਨਹੀਂ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਇਲੈਕਸ਼ਨ ਦੇ ਦਿਨਾਂ 'ਚ ਪੈਰੋਲ ਨਾ ਦਿੱਤੀ ਜਾਵੇ। ਮੈਂ ਲਗਾਤਾਰ ਹਮੇਸ਼ਾ ਜਦੋਂ ਵੀ ਕਦੇ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਜਾਂ ਫਰਲੋ ਦਿੱਤੀ ਜਾਂਦੀ ਹੈ ਤਾਂ ਮੀਡੀਆ ਦੇ ਵਿੱਚ ਕਿਤੇ ਨਾ ਕਿਤੇ ਇਸ ਚੀਜ਼ ਦਾ ਜ਼ਰੂਰ ਇਹ ਮੁੱਦਾ ਉੱਠਦਾ ਹੈ ਕਿ ਇਲੈਕਸ਼ਨਾਂ ਦੇ ਦਿਨਾਂ 'ਚ ਪੈਰੋਲ ਕਿਉਂ ਦਿੱਤੀ ਜਾ ਰਹੀ ਹੈ। ਮੀਡੀਆ ਲਗਾਤਾਰ ਸਾਨੂੰ ਵੀ ਇਸ ਗੱਲ ਤੇ ਸਵਾਲ ਪੁੱਛਦਾ ਰਿਹਾ ਔਰ ਅਸੀਂ ਲਗਾਤਾਰ ਇਹੀ ਜਵਾਬ ਦਿੰਦੇ ਰਹੇ ਹਾਂ ਕਿ ਅਸੀਂ ਨਾ ਤਾਂ ਕੋਈ ਸਿਆਸੀ ਧਿਰ ਹਾਂ ਔਰ ਇਸ ਕਰਕੇ ਸਾਡਾ ਮਤਲਬ ਇਹਦੇ ਤੇ ਕੋਈ ਸਿਆਸੀ ਸਾਡਾ ਇਹ ਪੱਖ ਨਹੀਂ ਹੈਗਾ ਕਿ ਇਹਨੂੰ ਇਲੈਕਸ਼ਨ ਦੇ ਦਿਨਾਂ 'ਚ ਕਿਉਂ ਦਿੱਤੀ ਜਾ ਰਹੀ ਹੈ। ਸਾਡਾ ਪੱਖ ਹਮੇਸ਼ਾ ਇਹ ਰਿਹਾ ਹੈ ਕਿ ਇਹਨੂੰ ਦਿੱਤੀ ਹੀ ਕਿਉਂ ਜਾਵੇ ਪੈਰੋਲ ਜਾਂ ਫਰਲੋ, ਮਤਲਬ ਇਹ ਨਹੀਂ ਹੈਗਾ। ਸਾਡਾ ਮੁੱਦਾ ਇਹ ਨਹੀਂ ਹੈ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਇਹਨੂੰ ਇਲੈਕਸ਼ਨਾਂ ਦੇ ਦਿਨਾਂ 'ਚ ਨਾ ਦਿੱਤੀ ਜਾਵੇ, ਜੇ ਅੱਗਿਓਂ ਪਿੱਛੋਂ ਦਿੱਤੀ ਜਾਏ ਤਾਂ ਉਹ ਵੀ ਕਿਉਂ ਦਿੱਤੀ ਜਾਏ। ਮਸਲਾ ਇਹ ਨਹੀਂ ਹੈ ਕਿ ਇਹ ਬੰਦਾ ਇਲੈਕਸ਼ਨਾਂ ਦੇ ਵਿੱਚ ਆ ਕੇ ਕੀ ਕਰ ਸਕਦਾ ਹੈ, ਮਸਲਾ ਇਹ ਹੈ ਕਿ ਇੱਕ ਪ੍ਰਭਾਵਸ਼ਾਲੀ ਵਿਅਕਤੀ ਹੈ, ਹਰੇਕ ਚੀਜ਼ ਨੂੰ ਇਨਫਲੂਐਂਸ ਕਰ ਸਕਦਾ ਹੈ ਔਰ ਪਹਿਲਾਂ ਵੀ ਇਹਨੇ ਜਿਸ ਤਰੀਕੇ ਨਾਲ ਕਾਨੂੰਨ ਬਣਾਈ ਰੱਖਿਆ ਔਰ ਫੁੱਟਬਾਲ ਦੀ ਤਰ੍ਹਾਂ ਖੇਡਦਾ ਰਿਹਾ ਕਾਨੂੰਨ ਦੇ ਨਾਲ, ਤਾਂ ਉਸ ਕਾਰਨ ਕਰਕੇ ਕਿਤੇ ਨਾ ਕਿਤੇ ਜਿੰਨਾ ਸੰਗੀਨ ਇਲਜ਼ਾਮਾਂ ਦੇ ਵਿੱਚ ਗੁਰਮੀਤ ਰਾਮ ਰਹੀਮ ਅੱਜ ਸਜ਼ਾ ਯਾਫਤਾ ਹੈ ਕਤਲ ਔਰ ਬਲਾਤਕਾਰ ਦੇ ਵਿੱਚ, ਅਜਿਹੇ ਕੈਦੀ ਨੂੰ ਇਸ ਤਰ੍ਹਾਂ ਦੀਆਂ ਸੁਵਿਧਾਵਾਂ ਦੇਣਾ ਕਿੱਥੋਂ ਤੱਕਣ ਜਿਹੜਾ ਕਾਨੂੰਨ ਸੰਮਤ ਹੈ? ਪਹਿਲਾ ਸਵਾਲ ਤਾਂ ਇਹ ਉੱਠਦਾ ਹੈ। ਅੰਸ਼ੁਲ ਜੀ, ਤੁਹਾਡੀ ਲੇਟੈਸਟ ਕੰਪਲੇਂਟ ਕੀ ਹੈ? ਤੁਸੀਂ ਸ਼ਿਕਾਇਤ ਕੀ ਕੀਤੀ ਹੈ? ਤੁਹਾਨੂੰ ਡਰ ਹੈ ਵੀ ਇਹਨੂੰ ਦੁਬਾਰਾ ਇਹਨੇ ਨਵੀਂ ਪੈਰੋਲ ਜਾਂ ਉਸ ਲਈ ਅਪਲਾਈ ਕੀਤਾ ਹੈ? ਜੀ ਬਿਲਕੁਲ, ਮੈਂ ਉਸੇ ਤੇ ਆਉਣਾ ਚਾਹੁੰਦਾ ਕਿ ਹੁਣ ਜਿਹੜੇ ਤਾਜ਼ਾ ਹਾਲਾਤ ਨੇ ਉਹਦੇ ਵਿੱਚ ਇਹ ਹੈ ਕਿ ਹਰਿਆਣਾ ਦੇ ਅੰਦਰ ਅਸੈਂਬਲੀ ਇਲੈਕਸ਼ਨ ਹੋਣ ਜਾ ਰਹੇ ਨੇ, 5 ਅਕਤੂਬਰ ਨੂੰ ਵੋਟਿੰਗ ਹੈ ਔਰ ਅਗਸਤ ਤੋਂ ਜਿਹੜਾ ਮਾਡਲ ਕੋਡ ਆਫ ਕੰਡਕਟ ਲਾਗੂ ਹੈਗਾ ਹਰਿਆਣੇ ਦੇ ਵਿੱਚ, ਜਿਹਨੂੰ ਅਸੀਂ ਚੋਣ ਜਾਬਤਾ ਕਹਿ ਦਿੰਦੇ ਹਾਂ, ਤਾਂ ਚੋਣ ਜਾਬਤੇ ਦੇ ਦੌਰਾਨ ਜਿਹੜੀਆਂ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਨੇ ਉਹ ਇਹ ਹੈਗੀਆਂ ਕਿ ਜਿੰਨੇ ਵੀ ਕਨਵਿਕਟਸ ਹੈਗੇ ਹੈ ਸਜ਼ਾ ਯਾਫਤਾ ਕੈਦੀ ਨੇ, ਉਹਨਾਂ ਨੂੰ ਪੈਰੋਲ ਦੇਣ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਤੋਂ ਜਾਂ ਚੀਫ ਇਲੈਕਟੋਰਲ ਆਫਿਸਰ ਹੈ ਜਿਹੜਾ ਉਹਦੇ ਤੋਂ ਸਲਾਹ ਲੈਣਾ, ਮਸ਼ਵਰਾ ਲੈਣਾ ਜ਼ਰੂਰੀ ਬਣਦਾ ਹੈ। ਇਸ ਤਰੀਕੇ ਦੀਆਂ ਗਾਈਡਲਾਈਨਸ ਨੇ ਜਿਹਦੇ ਕਰਕੇ ਗੁਰਮੀਤ ਰਾਮ ਰਹੀਮ ਨੇ ਇੱਕ ਐਪਲੀਕੇਸ਼ਨ ਮੂਵ ਕੀਤੀ 20 ਦਿਨ ਦੀ ਐਮਰਜੈਂਸੀ ਪੈਰੋਲ ਦੇ ਲਈ। ਕਦੋਂ ਔਰ ਐਪਲੀਕੇਸ਼ਨ ਹੈ, ਕਿੰਨੇ ਦਿਨ ਪਹਿਲਾਂ ਦੀ ਗੱਲ ਹੈ? ਇਹ ਹੁਣੇ ਮੈਨੂੰ ਐਗਜੈਕਟ ਡੇਟ ਤਾਂ ਨਹੀਂ ਪਤਾ ਹੈਗੀ, ਲੇਕਿਨ ਵਿਦ ਇਨ ਡੇਜ਼ ਹੋਣੀ ਕਿਤੇ ਇਹ ਮੂਵ ਹੋਈ ਹੈ ਔਰ ਜੇਲ੍ਹ ਅਥਾਰਟੀਜ਼ ਨੇ ਜਦੋਂ ਐਪਲੀਕੇਸ਼ਨ ਬਾਹਰ ਭੇਜੀ ਐਡਮਿਨਿਸਟ੍ਰੇਟਿਵ ਵਰਕ ਲਈ
ਤਾਂ ਉਸ ਤੋਂ ਬਾਅਦ ਉਸ ਐਪਲੀਕੇਸ਼ਨ ਨੂੰ ਫਾਰਵਰਡ ਕੀਤਾ ਗਿਆ ਸਾਡੇ ਜਿਹੜੇ CEO ਨੇ, ਚੀਫ ਇਲੈਕਟੋਰਲ ਆਫਿਸਰ ਨੇ ਜਿਹੜੇ ਹਰਿਆਣਾ ਦੇ, ਉਹਨਾਂ ਦੇ ਕੋਲ ਫਾਰਵਰਡ ਕੀਤਾ ਗਿਆ ਉਹਨਾਂ ਤੋਂ ਇਹਦੇ 'ਤੇ ਮਸ਼ਵਰਾ ਲੈਣ ਦੇ ਲਈ, ਜੋ ਕਿ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਦੇ ਤਹਿਤ ਜ਼ਰੂਰੀ ਹੈ। ਤਾਂ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ ਕਿ ਇਲੈਕਸ਼ਨ ਕਮਿਸ਼ਨ ਇਹ ਕਹਿੰਦਾ ਹੈ ਕਿ ਜੇ ਕੋਈ ਐਮਰਜੈਂਸੀ ਪੈਰੋਲ ਹੈ ਤਾਂ ਉਹ ਸਾਡੇ ਕੋਲ ਭੇਜਿਆ ਜਾਵੇ, ਅਸੀਂ ਉਹਨੂੰ ਦੇਖਾਂਗੇ ਕਿ ਉਹ ਜ਼ਰੂਰੀ ਹੈ, ਤਾਂ ਫਿਰ ਅਸੀਂ ਤੁਹਾਨੂੰ ਫਾਰਵਰਡ ਕਰ ਦੇਵਾਂਗੇ ਕਿ ਠੀਕ ਹੈ ਇਹਨੂੰ ਦੇ ਦਿੱਤਾ ਜਾਏ। ਐਮਰਜੈਂਸੀ ਪੈਰੋਲ ਦਾ ਜਿਹੜਾ ਦਾ ਹਰਿਆਣਾ ਗੁੱਡ ਕੰਡਕਟ ਪ੍ਰਿਜ਼ਨਰ ਟੈਂਪਰੇਰੀ ਰਿਲੀਜ਼ ਐਕਟ ਦੇ ਵਿੱਚ ਸੈਕਸ਼ਨ 5 ਕਹਿੰਦਾ ਹੈ ਕਿ ਐਮਰਜੈਂਸੀ ਪੈਰੋਲ ਕਿੰਨਾਂ ਹਾਲਾਤਾਂ ਦੇ ਵਿੱਚ ਮਿਲ ਸਕਦੀ ਹੈ, ਜੇ ਪਰਿਵਾਰ ਦੇ ਵਿੱਚ ਕੋਈ ਫੈਮਿਲੀ ਮੈਂਬਰ ਦੀ ਡੈਥ ਹੋਈ ਹੈ ਜਾਂ ਕਿਸੇ ਫੈਮਿਲੀ ਮੈਂਬਰ ਦੀ ਮੈਰਿਜ ਹੈ, ਜਾਂ ਜਿਹੜਾ ਸਜ਼ਾ ਯਾਫਤਾ ਕੈਦੀ ਹੈ ਉਹਦੀ ਉਹਦੇ ਖੁਦ ਦੇ ਕੁਛ ਹੈਲਥ ਇਸ਼ੂਜ ਨੇ, ਉਹਦੀ ਸਿਹਤ ਠੀਕ ਨਹੀਂ ਹੈ, ਇਹਨਾਂ ਹਾਲਾਤਾਂ ਨੂੰ ਲੈ ਕੇ ਐਮਰਜੈਂਸੀ ਪੈਰੋਲ ਦਿੱਤੀ ਜਾ ਸਕਦੀ ਹੈ। ਤਾਂ ਗੁਰਮੀਤ ਰਾਮ ਰਹੀਮ ਨੇ ਇੱਕ ਐਮਰਜੈਂਸੀ ਪੈਰੋਲ ਐਪਲੀਕੇਸ਼ਨ ਤਾਂ ਅਪਲਾਈ ਕਰ ਦਿੱਤੀ, ਲੇਕਿਨ ਉਹਦੇ ਵਿੱਚ ਕਿਤੇ ਵੀ ਇਹ ਹਵਾਲਾ ਨਹੀਂ ਦਿੱਤਾ ਕਿ ਐਮਰਜੈਂਸੀ ਕੀ ਹੈ। ਤਾਂ ਇਹ ਲੈਟਰ ਜਦੋਂ ਐਪਲੀਕੇਸ਼ਨ ਜਦੋਂ ਸਾਡੇ ਚੀਫ ਇਲੈਕਟੋਰਲ ਆਫਿਸਰ ਹਰਿਆਣਾ ਕੋਲ ਜਾਂਦੀ ਹੈ ਤਾਂ ਉਹਨਾਂ ਵੱਲੋਂ ਦੁਬਾਰਾ ਮੁੜ ਤੋਂ ਉਹ ਲੈਟਰ ਲਿਖਿਆ ਜਾਂਦਾ ਹੈ ਹਰਿਆਣਾ ਸਰਕਾਰ ਨੂੰ ਔਰ ਪੁੱਛਿਆ ਜਾਂਦਾ ਹੈ ਕਿ ਇਹਦੇ ਵਿੱਚ ਐਮਰਜੈਂਟ ਜਾਂ ਕੰਪੈਲਿੰਗ ਕੀ ਹੈ, ਮਤਲਬ ਇਹਦੇ ਵਿੱਚ ਕੀ ਇਹੋ ਜਿਹੀ ਐਮਰਜੈਂਸੀ ਕੀ ਹੈ। ਕਿਸੇ ਤੁਹਾਡੇ ਇਸ ਲੈਟਰ ਦੇ ਵਿੱਚ ਕਿਸੇ ਐਮਰਜੈਂਸੀ ਦਾ ਕੋਈ ਹਵਾਲਾ ਨਹੀਂ ਦਿੱਤਾ ਗਿਆ। ਤਾਂ ਉਹ ਇਸ ਸਟੇਜ ਤੇ ਹੈ ਹਜੇ ਕਿ ਕੋਈ ਐਮਰਜੈਂਸੀ ਨਹੀਂ ਹੈ, ਉਹਦੇ ਬਾਵਜੂਦ ਐਮਰਜੈਂਸੀ ਪੈਰੋਲ ਜਿਹੜੀ ਹੈ ਉਹ ਅਪਲਾਈ ਕੀਤੀ ਗਈ। ਸਾਨੂੰ ਇਹ ਖਦਸ਼ਾ ਹੈ ਕਿ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਨੂੰ ਨਜ਼ਰਅੰਦਾਜ਼ ਕਰਕੇ ਜਿਹੜੀ ਸਾਡੀ ਇੱਥੇ ਸੱਤਾਧਾਰੀ ਧਿਰ ਹੈ ਉਹ ਕਿਤੇ ਨਾ ਕਿਤੇ ਜਿਹੜਾ ਸਿਆਸੀ ਲਾਹਾ ਲੈਣ ਵਾਸਤੇ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦਾ ਫਾਇਦਾ ਪਹੁੰਚਾ ਸਕਦੀ ਹੈ, ਕਿਉਂਕਿ 5 ਅਕਤੂਬਰ ਨੂੰ ਸਾਡੇ ਹਰਿਆਣੇ ਦੇ ਵਿੱਚ ਵੋਟਿੰਗ ਹੋਣੀ ਹੈ। ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਨਾਲ ਪਿਛਲੇ 2 ਦਹਾਕਿਆਂ ਤੋਂ ਡੇਰਾ ਸੱਚਾ ਸੌਦਾ ਇਸ ਗੱਲ ਨੂੰ ਲੈ ਕੇ ਬਹੁਤ ਕੁਖਿਆਤ ਹੈ ਔਰ ਲਗਭਗ ਸਾਰੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਨੇ ਉਹ ਇੱਥੇ ਆ ਕੇ ਮੱਥਾ ਰਗੜਦੀਆਂ ਹੋਈਆਂ ਨੇ ਵੋਟਾਂ ਦੇ ਲਾਲਚ ਦੇ ਪਿੱਛੇ। ਔਰ ਜਿਸ ਤਰੀਕੇ ਨਾਲ ਸ਼ਰਧਾਲੂਆਂ ਦੀਆਂ ਵੋਟਾਂ ਦਾ ਸੌਦਾ ਕੀਤਾ ਜਾਂਦਾ ਹੈ ਆਪਣੀ ਚਮੜੀ ਆਪਣੀ ਸਕਿਨ ਸੇਵ ਕਰਨ ਲਈ ਗੁਰਮੀਤ ਰਾਮ ਰਹੀਮ ਵੱਲੋਂ, ਤਾਂ ਇਹ ਜਿਹੜਾ ਖੇਡ ਹੈ ਇਹ ਬੰਦ ਹੋਣਾ ਚਾਹੀਦਾ ਹੈ ਤਾਂ ਕਿ ਇੱਕ ਨਿਸ਼ਪਕਸ਼ ਚੁਣਾਵ ਜਿਹੜਾ ਹੈ ਜਿਹੜਾ ਵੋਟਰ ਦਾ ਇੱਕ ਫ੍ਰੀਲੀ ਵੋਟ ਕਰਨ ਦਾ ਜਿਹੜਾ ਰਾਈਟ ਹੈ, ਨਿਸ਼ਪਕਸ਼ ਮਤਦਾਨ ਦਾ ਜਿਹੜਾ ਰਾਈਟ ਹੈ ਉਹਦਾ ਢਾਣ ਨਾ ਹੋ ਸਕੇ। ਸਾਡੀ ਇਹੀ ਮੰਗ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਕਿ ਇਹਨੂੰ ਵੋਟਾਂ ਦੇ ਦੌਰਾਨ ਇਸ ਤਰੀਕੇ ਨਾਲ ਇਹਨੂੰ ਪੈਰੋਲ ਦੇਣ ਤੇ ਰੋਕ ਲਾਈ ਜਾਵੇ। ਹਰਿਆਣਾ ਸਰਕਾਰ ਨੂੰ ਇਹ ਨਿਰਦੇਸ਼ ਦਿੱਤਾ ਜਾਵੇ ਕਿ ਜਦੋਂ ਤੱਕ ਚੋਣ ਜ਼ਾਬਤਾ ਲਾਗੂ ਹੈ ਹਰਿਆਣੇ ਦੇ ਵਿੱਚ ਇਹਨੂੰ ਪੈਰੋਲ ਨਾ ਦਿੱਤੀ ਜਾਵੇ ਤਾਂ ਜੋ ਜਿਹੜਾ ਲੋਕਤੰਤਰ ਦਾ ਬਚਾਵ ਹੋ ਸਕੇ ਔਰ ਜਿਹੜਾ ਸਾਡੇ ਇਲੈਕਸ਼ਨਸ ਦੀਆਂ ਨਿਸ਼ਪਕਸ਼ ਚੁਣਾਵ ਦੇ ਉੱਪਰ ਕਿਸੇ ਤਰ੍ਹਾਂ ਦਾ ਸਵਾਲੀਆ ਨਿਸ਼ਾਨ ਨਾ ਆਵੇ। ਅੰਸ਼ੁਲ ਜੀ ਇਹ ਜਾਣਨਾ ਚਾਹਾਂਗਾ ਵੀ ਤੁਹਾਨੂੰ ਲੱਗਦਾ ਕਿ ਗੁਰਮੀਤ ਰਾਮ ਰਹੀਮ ਵੋਟਾਂ ਨੂੰ ਸਵਿੰਗ ਕਰਾਉਣ ਦੇ ਪੱਖੋਂ ਅੱਜ ਅਹਿਮੀਅਤ ਰੱਖਦਾ ਹੈ, ਕਿਉਂਕਿ ਇਹ ਵੀ ਚਰਚਾਵਾਂ ਚੱਲਦੀਆਂ ਨੇ ਵੀ ਪੰਜਾਬ ਹੋਵੇ ਜਾਂ ਹਰਿਆਣਾ ਹੋਵੇ ਉਹਦਾ ਕਿੱਡਾ ਕੁ ਰਸੂਖ ਹੈ, ਬਚਿਆ ਕਿੱਡਾ ਕੁ ਹੈ, ਇਹਨਾਂ ਦੇ ਪੱਖ 'ਚ ਕਿੰਨੀਆਂ ਕੁ ਵੋਟਾਂ ਬਚੀਆਂ ਨੇ। ਕਿਉਂਕਿ ਪਹਿਲੇ ਵੀ ਆਪਾਂ ਲੋਕ ਸਭਾ ਦੀਆਂ ਚੋਣਾਂ ਵੇਖੀਆਂ, ਹਰਿਆਣਾ ਦਾ ਇਲੈਕਸ਼ਨ ਹੋਇਆ, ਫਿਰ ਉਸ ਤੋਂ ਹਫ਼ਤੇ ਬਾਅਦ ਪੰਜਾਬ ਦਾ ਇਲੈਕਸ਼ਨ ਮਈ ਦੇ ਅਖੀਰੀ ਹਫ਼ਤੇ ਜੂਨ ਦੇ ਪਹਿਲੇ ਹਫ਼ਤੇ ਹੋਇਆ, ਉਸ ਦੌਰਾਨ ਇੱਕ ਰਣਜੀਤ ਸਿੰਘ ਕਤਲ ਕੇਸ ਸੀਗਾ
ਜਿਹੜੇ ਕਿ ਡੇਰੇ ਸੱਚਾ ਸੌਦੇ ਦੇ ਮੈਨੇਜਰ ਸੀ, ਉਹਨਾਂ ਦੇ ਕਤਲ ਕੇਸ ਦੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਬਰੀ ਕਰਤਾ ਗਿਆ, ਉਹਦੇ ਟਾਈਮਿੰਗ ਉੱਤੇ ਸਵਾਲ ਖੜੇ ਹੋਏ। ਸੋ ਇਲੈਕਸ਼ਨਾਂ ਦੀ ਟਾਈਮਿੰਗ ਤੇ ਗੁਰਮੀਤ ਰਾਮ ਰਹੀਮ ਦੀਆਂ ਪੈਰੋਲਾਂ ਜਾਂ ਫਿਰ ਉਸ ਸੰਬੰਧੀ ਆ ਰਹੇ ਅਦਾਲਤਾਂ ਦੇ ਫੈਸਲੇ, ਇਹਨਾਂ ਦੇ ਵਿੱਚ ਤੁਸੀਂ ਕੁਛ ਦੇਖਦੇ ਹੋ ਕੋਰਿਲੇਸ਼ਨ? ਦੇਖੋ, ਇੱਕ ਚੀਜ਼ ਮੈਂ ਕਹਿਣਾ ਚਾਹਾਂਗਾ ਕਿ ਸਾਡੇ ਜਿਹੜੇ ਲੋਕ ਸਭਾ ਚੋਣਾਂ ਸੀਗੀਆਂ, ਆਮ ਚੁਣਾਵ, ਉਹ ਸ਼ਾਇਦ ਮਈ ਦੇ ਵਿੱਚ ਹਰਿਆਣੇ ਦੇ ਵਿੱਚ ਵੋਟਿੰਗ ਸੀ ਔਰ ਜੂਨ ਦੇ ਵਿੱਚ ਪੰਜਾਬ ਦੇ ਵਿੱਚ ਵੋਟਿੰਗ ਸੀ। ਜੀ ਜੀ। ਤਾਂ ਉਸ ਤੋਂ ਪਹਿਲਾਂ ਜਿਸ ਤਰੀਕੇ ਨਾਲ ਇਸ ਮਾਮਲੇ ਦੀ ਸਪੀਡੀ ਸੁਣਵਾਈ ਚੱਲ ਰਹੀ ਸੀ ਹਾਈ ਕੋਰਟ ਦੇ ਵਿੱਚ, ਡੇ ਬਾਈ ਡੇ ਸੁਣਿਆ ਗਿਆ ਇਸ ਮਾਮਲੇ ਨੂੰ, ਰਣਜੀਤ ਸਿੰਘ ਕਤਲਕਾਂਡ ਨੂੰ, ਔਰ ਉਸ ਤੋਂ ਬਾਅਦ ਉਹਨੂੰ ਜਲਦੀ ਨਿਬੇੜਨ ਦੀ ਕੋਸ਼ਿਸ਼ ਦੇ ਵਿੱਚ ਆਰਡਰ ਜਿਹੜਾ ਹੈ ਰਿਜ਼ਰਵ ਰੱਖਿਆ ਗਿਆ। ਔਰ ਉਸ ਤੋਂ ਇਹਦੇ ਵਿੱਚ ਇੱਕ ਚੀਜ਼ ਦਾ ਮੈਂ ਹੋਰ ਜ਼ਿਕਰ ਕਰਨਾ ਚਾਹਾਂਗਾ ਕਿ ਉਹ ਜਿਹੜੀ ਪੀੜਿਤ ਫੈਮਿਲੀ ਆ, ਵਿਕਟਿਮ ਫੈਮਿਲੀ ਆ ਰਣਜੀਤ ਸਿੰਘ ਦੀ, ਉਹਨਾਂ ਵੱਲੋਂ ਉਸ ਦੌਰਾਨ ਇੱਕ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਇੱਕ ਲੈਟਰ ਲਿਖਿਆ ਗਿਆ। ਉਸ ਲੈਟਰ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਸ਼ੰਕਾ ਜ਼ਾਹਿਰ ਕੀਤੀ ਸੀ ਕਿ ਜਿਸ ਸਪੀਡ ਨਾਲ ਇਸ ਮਾਮਲੇ ਨੂੰ ਸੁਣਿਆ ਜਾ ਰਿਹਾ ਔਰ ਇਹਦੇ ਵਿੱਚ ਕਈ ਹੋਰ ਚੀਜ਼ਾਂ ਤੇ ਵੀ ਉਹਨਾਂ ਨੇ ਸ਼ੰਕਾ ਜ਼ਾਹਿਰ ਕੀਤੀ ਔਰ ਉਸ ਤੋਂ ਬਾਅਦ ਇਸ ਫੈਸਲੇ ਦੀ ਟਾਈਮਿੰਗ ਤੇ ਵੀ ਉਹਨਾਂ ਨੇ ਉਹਦੇ ਉਸ ਲੈਟਰ ਦੇ ਵਿੱਚ ਸਵਾਲ ਕੀਤਾ ਸੀਗਾ ਕਿ ਇਸ ਸਮੇਂ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਔਰ ਇਸ ਦੌਰਾਨ ਜਿਹੜਾ ਇਹ ਇਸ ਮਾਮਲੇ ਦਾ ਫੈਸਲਾ ਕੀਤਾ ਜਾਣਾ ਠੀਕ ਨਹੀਂ ਹੈ। ਲੇਕਿਨ ਉਹ ਗੱਲ ਵੱਖਰੀ ਹੈ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਉਸ ਚੀਜ਼ ਨੂੰ ਨਜ਼ਰ ਅੰਦਾਜ਼ ਕੀਤਾ ਔਰ ਉਹਦੇ ਬਾਵਜੂਦ ਉਹਦਾ ਫੈਸਲਾ ਜਿਹੜਾ ਉਸ ਮਾਮਲੇ ਦਾ ਸੁਣਾ ਦਿੱਤਾ ਗਿਆ। ਕਿਤੇ ਨਾ ਕਿਤੇ ਇੱਕ ਵਿਕਟਿਮ ਫੈਮਿਲੀ ਨੇ ਵੀ ਇਸ ਚੀਜ਼ ਦੀ ਸ਼ੰਕਾ ਜ਼ਾਹਰ ਕੀਤੀ। ਜੀ, ਸੋ ਫਾਈਨਲੀ ਤੁਸੀਂ ਕੀ ਆਸ ਕਰਦੇ ਹੋ ਕਿ ਸੀਓ ਨੇ ਹਰਿਆਣਾ ਦੇ ਜਿਹੜੇ ਹੈਗੇ ਨੇ ਉਹਨਾਂ ਨੇ ਤਾਂ ਆਲਰੇਡੀ ਇਸ ਨੂੰ ਸ਼ਾਇਦ ਰਿਵਰਟ ਬੈਕ ਕਰਕੇ ਭੇਜਤਾ ਹੈ ਤੇ ਉਹਨਾਂ ਨੇ ਪੁੱਛਿਆ ਵੀ ਐਡੀ ਐਮਰਜੈਂਸੀ ਕਿਸ ਚੀਜ਼ ਦੀ ਪਈ ਹੈ? ਸੋ ਇਹ ਪੈਰੋਲ ਦੀ ਸੰਭਾਵਨਾ ਨੂੰ ਲੈ ਕੇ ਉਮੀਦਾਂ ਘੱਟ ਨੇ ਲੇਕਿਨ ਸੰਸੇ ਜ਼ਿਆਦਾ ਨੇ, ਜਾਂ ਖਦਸ਼ਾ ਤੁਹਾਡਾ ਹੈ? ਬਿਲਕੁਲ, ਜਿਸ ਤਰੀਕੇ ਨਾਲ ਪਿਛਲੀਆਂ ਕਾਰਵਾਈਆਂ ਹੁੰਦੀਆਂ ਚੱਲੀਆਂ ਆ ਰਹੀਆਂ ਨੇ, ਜੇ ਸਰਕਾਰ ਮਤਲਬ ਮੈਂ ਜਿਸ ਤਰੀਕੇ ਨਾਲ ਇੱਕ ਪਹਿਲਾਂ ਵੀ ਜ਼ਿਕਰ ਕੀਤਾ ਕਿ ਬਹੁਤ ਇਨਫਲੂਐਂਸ ਕਰਦਾ ਹੈ ਗੁਰਮੀਤ ਰਾਮ ਰਹੀਮ ਹਰੇਕ ਚੀਜ਼ ਨੂੰ, ਸਾਡੀ ਪੋਲੀਟਿਕਸ ਨੂੰ ਔਰ ਸਾਡੀ ਸਰਕਾਰ ਨੂੰ, ਸਾਡੇ ਸਾਰੇ ਐਡਮਿਨਿਸਟ੍ਰੇਟਿਵ ਮਸ਼ੀਨਰੀ ਨੂੰ। ਤਾਂ ਜਿਸ ਤਰੀਕੇ ਨਾਲ ਉਹ ਪਿੱਛੇ 2022 ਤੋਂ ਪਹਿਲਾਂ ਦੀਆਂ ਅਗਰ ਉਹਦੀਆਂ ਪੈਰੋਲ ਐਪਲੀਕੇਸ਼ਨ ਦੇਖੀਆਂ ਜਾਣ ਤਾਂ ਕਿਉਂਕਿ ਉਹ ਜਿਹੜਾ ਸਾਡਾ ਐਕਟ ਹੈ ਉਹਦੇ ਵਿੱਚ ਫਾਲ ਨਹੀਂ ਸੀ ਕਰ ਰਿਹਾ ਔਰ ਹਰਿਆਣਾ ਸਰਕਾਰ ਨੇ ਜਿਸ ਤਰੀਕੇ ਨਾਲ ਮਾਰਚ 2022 ਦੇ ਵਿੱਚ ਉਸ ਐਕਟ ਦੇ ਵਿੱਚ ਅਮੈਂਡਮੈਂਟ ਕੀਤਾ, ਤਾਂ ਅਸੀਂ ਲਗਾਤਾਰ ਇਸ ਚੀਜ਼ ਬਾਰੇ ਬੋਲਦੇ ਰਹੇ ਹਾਂ ਕਿ ਇਹ ਇੱਕ VIP ਸਜ਼ਾ ਯਾਫਤਾ ਕੈਦੀ ਨੂੰ, ਗੁਰਮੀਤ ਰਾਮ ਰਹੀਮ ਨੂੰ ਫਾਇਦਾ ਪਹੁੰਚਾਉਣ ਦੇ ਲਈ ਹਰਿਆਣਾ ਸਰਕਾਰ ਨੇ ਇਸ ਐਕਟ ਦੇ ਵਿੱਚ ਅਮੈਂਡਮੈਂਟ ਕੀਤਾ। ਤੇ ਜੇ ਸਰਕਾਰ ਇੱਕ ਅਪਰਾਧੀ ਨੂੰ ਫਾਇਦਾ ਪਹੁੰਚਾਉਣ ਲਈ ਕਾਨੂੰਨਾਂ ਦੇ ਵਿੱਚ ਬਦਲਾਵ ਕਰ ਸਕਦੀ ਹੈ ਤੇ ਇਹ ਉਹਦੇ ਵਾਸਤੇ ਕੋਈ ਵੱਡੀ ਚੀਜ਼ ਨਹੀਂ ਹੈਗੀ। ਇਲੈਕਸ਼ਨਾਂ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਨੂੰ ਵੀ ਨਜ਼ਰ ਅੰਦਾਜ਼ ਕਰਕੇ ਜੇ ਉਹ ਪੈਰੋਲ ਦੇ ਸਕਦੀ ਹੈ, ਇਹ ਕੋਈ ਵੱਡੀ ਗੱਲ ਨਹੀਂ। ਇਸ ਕਰਕੇ ਸਾਡਾ ਖਦਸ਼ਾ ਇਹੀ ਹੈ ਕਿ ਸਰਕਾਰ ਪਹਿਲਾਂ ਵੀ ਬਦਮਾਸ਼ੀ ਕਰਦੀ ਆਈ ਹੈ ਔਰ ਹੁਣ ਵੀ ਕਰ ਸਕਦੀ ਹੈ ਔਰ ਇਲੈਕਸ਼ਨ ਕਮਿਸ਼ਨ ਨੂੰ ਇਹਦੇ ਤੇ ਰੋਕ ਲਾਉਣੀ ਚਾਹੀਦੀ ਹੈ, ਇਹਦੇ ਤੇ ਨੱਥ ਪਾਉਣੀ ਚਾਹੀਦੀ। ਅੰਸ਼ੁਲ ਜੀ, ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਸਮਾਂ ਦੇਣ ਲਈ। ਜੀ, ਬਹੁਤ ਮਿਹਰਬਾਨੀ।